व्यूअर्स वेलकम बैक टू न्यूज़ टीवी 84 ब्रेक तौर हम असं गलबात करांगे अमेरिकन गुरदा फंड कमेटी के कोऑर्डिनेटर डॉक्टर प्रीतपाल सिंह जिहड़े कि इस वेले साडे नाल फोन लाइन ते जुड़ चुके ने। जी वीर जी, वाहेगुरू जी का खालसा वाहेगुरू जी की फतेह। जी वाहेगुरू जी का खालसा वाहेगुरू जी की फतेह। वीर जी, अज थोड़े कोल असीं इक मुद्दे दे उपर थोड़े विचार लेने चाहवांगे। जो तुसीं जानदे हो कि श्री गुरु गोबिंद सिंह जी दा स्वांग बचाउण कारण सिखां ने तिखे रोस अते समाजिक बायकाट दा सामना कर रहे डेरा सिरसा दे मुखी गुरमीत राम जी नूं पिछले दिनी पंज तख्तां दे जथेदार ने माफ कर दिता है बिना किसी गल तों। सो तुसीं इस संबंधी सब तों पहलां साडे दर्शकां नूं की कहना चाहोगे? जी सब तों पहलां तुहाडे दा अदारे दा धन्नवाद है जिहड़े टाइम टू टाइम बड़े जिहड़े गर्म मुद्दे हैगे उहनां नूं उठा के संगतां दे सामने लियाउंदे हो। थैंक यू। जिस बारे तुहाडा सवाल है अजकल बहुत चर्चा का विषय बनिया होया जी। समुचा खालसा पंथ ए शामिल है। जिस तरीके साडे धार्मिक जिहड़ी लीडरशिप है जथेदार साहिबान जी, उन्होंने बिना किसी गल का ध्यान कीत्या, बिना माण मर्यादा का ध्यान रखिया, बिना पंथक परंपरावां का ध्यान रखिया उस बंदे नूं जिहदे बारे उन्हें आप ही समाजिक बाइकाट दा अते रोटी बेटी दी साइन दा उहदे नाल नाता तोड़न वास्ते कहा होया सी, उहनूं बिना किसे गल ते अंदर बैठ के आप ही मीटिंग करके जिहड़ा उहनां ने माफ कीता उहनूं, हांजी, इह इक अत निंदण जो कारवाई है और असीं इहदी पुरजोर शब्दां च निखेधी करदे हां और जथेदार साहिब नूं बेनती दे रूप विच ताड़ना करदे हां कि ਇਹ ਜਿਹੜਾ ਫੈਸਲਾ ਆ ਇਸ ਨੂੰ ਵਾਪਸ ਲਿਆ ਜਾਵੇ ਜੀ, ਅਤੇ ਜੋ ਵੀ ਕੁਛ ਉਹਨਾਂ ਨੇ ਕਰਨਾ ਫਿਊਚਰ ਦੇ ਵਿੱਚ ਉਹ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਕੀਤਾ ਜਾਵੇ। ਜੀ ਜੀ, ਪਰ ਵੀਰ ਜੀ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਤੁਸੀਂ ਬੇਨਤੀ ਕਰਦੇ ਹੋ, ਪਰ ਜਿਸ ਤਰ੍ਹਾਂ ਪਹਿਲਾਂ ਨਾਨਕ ਸ਼ਾਹ ਕਲੰਡਰ ਦਾ ਮੁੱਦਾ ਆਇਆ ਸੀ ਉਸਦੇ ਉੱਪਰ ਵੀ ਅਸੀਂ ਬੇਨਤੀ ਕੀਤੀ ਸੀ, ਪਰ ਉਸਦੇ ਉੱਪਰ ਵੀ ਕੋਈ ਖਾਸ ਡਿਸੀਜਨ ਲਿੱਤਾ ਨਹੀਂ ਗਿਆ, ਕਮੇਟੀਆਂ ਬਣਾ ਦਿੱਤੀਆਂ ਗਈਆਂ। ਪਰ ਜਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਇਹ ਕਾਫੀ ਠੋਸ, ਕਾਫੀ ਗਹਿਰਾ ਮੁੱਦਾ ਹੈ ਕਿਉਂਕਿ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਕਾਪੀ ਕੀਤੀ ਹੈ ਤਾਂ ਕਾਫੀ ਸਾਰੇ ਲੋਕਾਂ ਨੇ ਇਹਨਾਂ ਨੇ ਹਿਰਦਾ ਸਾਰਾ ਵਲੂੰਦਰਿਆ ਗਿਆ ਹੈ ਇਹਨਾਂ ਗੱਲਾਂ ਦੇ ਨਾਲ, ਐਂਡ ਕਿਸ ਤਰ੍ਹਾਂ ਜਥੇਦਾਰ ਨੇ ਇਕਦਮ ਬਿਨਾਂ ਗੱਲ ਤੋਂ ਇਹਨੂੰ ਮਾਫ਼ ਕਰ ਦਿੱਤਾ ਹੈ, ਇਸਨੇ ਆਪਣੀ ਭੁੱਲ ਵੀ ਨਹੀਂ ਬਖਸ਼ਾਈ ਅਤੇ ਨਾ ਹੀ ਉਹਨਾਂ ਨੇ ਕਿਸੇ ਨਾਲ ਗੱਲਬਾਤ ਕੀਤੀ। ਤੁਹਾਨੂੰ ਲੱਗਦਾ ਕਿ ਬੀਇੰਗ ਇਨ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਨੂੰ ਕੋਈ ਠੋਸ ਕਦਮ ਜਾਂ ਸਾਨੂੰ ਕੋਈ ਠੋਸ ਡਿਸੀਜਨ ਲੈਣਾ ਚਾਹੀਦਾ ਇਸ ਮੁੱਦੇ ਦੇ ਉੱਪਰ? ਜੀ ਬਿਲਕੁਲ, ਅਸੀਂ ਬਾਕੀ ਜਿਹੜੀਆਂ ਹਮ ਖਿਆਲ ਜਥੇਬੰਦੀਆਂ ਹੈਗੀਆਂ ਜੀ ਹਿੰਦੁਸਤਾਨ ਦੇ ਵਿੱਚ ਵੀ ਔਰ ਬਾਹਰਲੇ ਮੁਲਕਾਂ ਵਿੱਚ ਵੀ ਜੀ, ਅਸੀਂ ਪਿਛਲੇ ਦਿਨਾਂ ਤੋਂ ਉਹਨਾਂ ਨਾਲ ਲਗਾਤਾਰ ਸੰਪਰਕ ਬਣਾਇਆ ਹੋਇਆ ਹਾਂਜੀ, ਔਰ ਕੁਛ ਜਥੇਬੰਦੀਆਂ ਨੇ ਤਾਂ ਸਰਬੱਤ ਖਾਲਸਾ ਦੀ ਕਾਲ ਵੀ ਦੇ ਦਿੱਤੀ ਆ ਜੀ, ਤੇ ਅਸੀਂ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਅਸੀਂ ਪੁਰਜ਼ੋਰ ਤਰੀਕੇ ਨਾਲ ਸ਼ਾਮਿਲ ਵੀ ਹੋਵਾਂਗੇ। ਪਰ ਇਹ ਜਿਹੜਾ ਮਸਲਾ ਨਾ ਇਸ ਤਰ੍ਹਾਂ ਹੱਲ ਹੋਣ ਵਾਲਾ ਨਹੀਂ, ਇਹਦੇ ਵਾਸਤੇ ਸੰਗਤਾਂ ਨੂੰ ਪੂਰਨ ਰੂਪ ਵਿੱਚ ਸਾਨੂੰ ਜਾਗਰੂਕ ਕਰਨਾ ਪਊਗਾ ਪੰਥਕ ਪਰੰਪਰਾਵਾਂ ਦਾ, ਪੰਥਕ ਜਿਹੜੇ ਵਿਚਾਰਧਾਰਾਵਾਂ ਨੇ ਉਹਨਾਂ ਨੂੰ ਸੰਗਤਾਂ ਦੇ ਵਿੱਚ ਲਿਆ ਕੇ ਇਹਦੇ ਮਸਲੇ ਦੇ ਸੰਬੰਧ ਵਿੱਚ ਸਾਨੂੰ ਜਾਗਰੂਕ ਹੋਣਾ ਪਏਗਾ। ਇੱਕ ਮੈਂ ਨਾਲ ਦੀ ਨਾਲ ਇੱਕ ਹੋਰ ਤੁਹਾਨੂੰ ਜ਼ਰੂਰ ਇਸ ਇਸ਼ੂ ਤੇ ਗੱਲ ਕਹਿਣੀ ਚਾਹੁੰਦਾ ਕਿ ਪਿਛਲੇ ਦਿਨਾਂ 'ਚ ਕੈਲੰਡਰ ਦੇ ਇਸ਼ੂ ਤੇ ਜਿਸ ਤਰ੍ਹਾਂ ਸੰਤ ਸਮਾਜ ਨੇ, ਸੰਤ ਸਮਾਜ ਬਾਰੇ ਵੀ ਇਹ ਗੱਲ ਹੈ ਕਿ ਇਹ ਜਿਹੜਾ ਸੰਤ ਸਮਾਜ ਹੈ ਇਹ ਜਿਹੜੀ ਪੰਥਕ ਪਰੰਪਰਾਵਾਂ ਨੇ ਤਾਂ ਜਾਂ ਜਿਹੜੀ ਬਾਬੇ ਦਾ ਦੇਸ਼ ਹੈ ਇਹ ਬਿਲਕੁਲ ਉਹਦੇ ਉਲਟ ਹੈ। ਗੁਰੂ ਸਾਹਿਬ ਨੇ ਸਾਰੇ ਸਮਾਜਾਂ ਦਾ ਖੰਡਨ ਕਰਕੇ ਸਾਰੇ ਸਮਾਜ ਨੂੰ ਤੋੜ ਕੇ ਇੱਕ ਮਨੁੱਖੀ ਸਮਾਜ ਦੀ ਸਿਰਜਣਾ ਕੀਤੀ ਸੀ। ਇਹ ਗੁਰੂ ਨਾਨਕ ਨਾਮ ਲੇਵਾ ਜਿਹੜੇ ਮਹਾਂਪੁਰਖ ਆ ਇਹਨਾਂ ਨੇ ਆਪਣੇ ਵਾਸਤੇ ਇੱਕ ਜੁਦਾ ਹੀ ਸਮਾਜ ਸਿਰਜ ਲਿਆ ਜਿਹੜਾ ਕਿ ਸਿੱਧਾ ਹੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਵਿਰੋਧ ਚ ਆ। ਇਹਦੇ ਬਾਰੇ ਫਿਰ ਕਿਸੇ ਦਿਨ ਅਸੀਂ ਵਿਚਾਰ ਚਰਚਾ ਕਰਾਂਗੇ। ਜਿਹੜਾ ਸਮੁੱਚਾ ਹੀ ਜਿਹੜਾ ਸੰਤ ਸਮਾਜ ਆ ਇਹਦੇ ਵਿੱਚ ਬਹੁਤ ਸਾਰੇ ਜਿਹੜੇ ਮਹਾਂਪੁਰਖ ਆ ਉਹ ਆਰ ਐਸ ਐਸ ਦੀ ਜਿਹੜੀ ਵਿਚਾਰਧਾਰਾ ਆ ਉਹਨਾਂ ਨੂੰ ਟੋ ਕਰਦੇ ਆ, ਸਾਰੇ ਨਹੀਂ ਪਰ ਉਹਨਾਂ ਵਿੱਚੋਂ ਬਹੁਤੇ ਜਿਹੜੇ ਨੇ ਉਹਨੂੰ ਟੋ ਕਰਦੇ ਆ ਔਰ ਇਹੀ ਵਜ੍ਹਾ ਸੀ ਕਿ ਉਹਨਾਂ ਨੇ ਕੈਲੰਡਰ ਦੇ ਇਸ਼ੂ ਤੇ ਕਿਸੇ ਦੀ ਕੋਈ ਗੱਲ ਨਹੀਂ ਸੁਣੀ। ਰਿਹਾ ਮਸਲਾ ਹੁਣ ਅਕਾਲ ਤਖ਼ਤ ਸਾਹਿਬ ਦੀ ਜਿਹੜਾ ਮੌਜੂਦਾ ਇਹਦੇ ਵਿੱਚ ਵੀ ਮੈਂ ਸਾਨੂੰ ਇਹ ਕਹਿਣ 'ਚ ਕੋਈ ਗਰੇਜ਼ ਨਹੀਂ ਕਿ ਸੰਤ ਸਮਾਜ ਦੇ ਆ ਬਹੁਤਾ ਹਿੱਸਾ ਇਹ ਆਰ ਐਸ ਐਸ ਦੀ ਬੀ ਟੀਮ ਆ। ਤੁਸੀਂ ਦੇਖੋ ਪਿਛਲੇ ਦਿਨਾਂ 'ਚ ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਨੇ
ਇਹਦੇ ਤੇ ਫੈਸਲਾ ਕੀਤਾ ਔਰ ਸੰਤ ਸਮਾਜ ਦੇ ਇੱਕ ਹਿੱਸੇ ਨੇ ਉਹਦਾ ਪੂਰੀ ਤਰ੍ਹਾਂ ਫਿਰ ਵਿਰੋਧ ਕੀਤਾ ਔਰ ਵਿਰੋਧ ਕਰਕੇ ਆਪ ਫੈਸਲਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਜਾਂ ਇਸ ਤਰ੍ਹਾਂ ਲੱਗਦਾ ਕਿ ਇਹ ਜਿਹੜੇ ਫੈਸਲਾ ਕਰਾਉਣ ਵਾਲੇ ਸੱਜਣ ਆ ਇਹਦਾ ਵਿੱਚ ਬਚਾ ਕਰਕੇ ਇਹਨੂੰ ਕੋਈ ਨਾ ਕੋਈ ਇਹਦਾ ਰਸਤਾ ਕੱਢਣਗੇ ਪਰ ਇਹ ਸਾਨੂੰ ਬਿਲਕੁਲ ਨਾ ਮਨਜ਼ੂਰ ਆ। ਅੱਜ ਦੀਆਂ ਖਬਰਾਂ ਦੇ ਵਿੱਚ ਸੰਤ ਸਮਾਜ ਦੇ ਵੀ ਜਿਹੜੇ ਆ ਉਹਦੇ ਵਿੱਚੋਂ ਦੋ ਹਿੱਸੇ ਹੋ ਗਏ। ਇੱਕ ਹਿੱਸਾ ਇਹ ਕਹਿ ਰਿਹਾ ਕਿ ਸਾਨੂੰ ਬਿਲਕੁਲ ਇਹ ਮਨਜ਼ੂਰ ਨਹੀਂ ਹੈਗਾ ਜਿਹੜਾ ਅਕਾਲ ਤਖ਼ਤ ਸਾਹਿਬ ਨੇ ਕੀਤਾ ਔਰ ਬਾਬਾ ਹਰਨਾਮ ਸਿੰਘ ਧੁੰਮਾਂ ਦੀ ਅਗਵਾਈ ਵਾਲੇ ਜਿਹੜੇ ਕੁਛ ਮਹਾਂਪੁਰਖ ਆ ਉਹ ਇਹ ਗੱਲ ਕਹਿ ਰਹੇ ਵੀ ਨਹੀਂ ਇਹਦਾ ਵਿੱਚ ਵਿਚਾਲੇ ਹੋ ਕੇ ਕੋਈ ਰਸਤਾ ਕੱਢਣਾ ਚਾਹੀਦਾ। ਸਾਨੂੰ ਇਹੋ ਜਿਹੇ ਫੈਸਲੇ ਲੈਣ ਤੋਂ ਪਹਿਲਾਂ ਸਮੁੱਚੇ ਪੰਥ ਦੀਆਂ ਭਾਵਨਾਵਾਂ ਦਾ ਸਮੁੱਚੇ ਪੰਥ ਦੇ ਵਿਚਾਰਾਂ ਦਾ ਧਿਆਨ ਰੱਖਣਾ ਚਾਹੀਦਾ। ਆਉਣ ਵਾਲੇ ਦਿਨਾਂ 'ਚ ਅਸੀਂ ਸਰਬੱਤ ਖਾਲਸੇ ਦੇ ਉੱਪਰ ਇਹਦਾ ਕਿਸ ਤਰ੍ਹਾਂ ਸਰਬੱਤ ਖਾਲਸਾ ਸੱਦਿਆ ਜਾਵੇ ਇਹ ਐਸ ਜੀ ਪੀ ਸੀ ਵਾਲੇ ਆਪਣੇ ਤੌਰ 'ਤੇ ਹੀ ਜਿਹੜੇ ਨੇ ਇਹਦੇ ਸਰਬਰਾਹ ਬਣੇ ਬੈਠੇ ਨੇ। ਅਸੀਂ ਚਾਹੁੰਦੇ ਨਹੀਂ ਸੀ ਕਿ ਇਹਦੇ 'ਤੇ ਕੋਈ ਤਿੱਖਾ ਕਟਾਕਸ਼ ਕੀਤਾ ਜਾਵੇ। ਵੈਸੇ ਐਸ ਜੀ ਪੀ ਸੀ ਦੇ ਸੰਵਿਧਾਨ ਦੇ ਵਿੱਚ ਪਹਿਲੀ ਗੱਲ ਤਾਂ ਵੀ ਅੱਜ ਕੱਲ੍ਹ ਐਸ ਜੀ ਪੀ ਸੀ ਦਾ ਇਹ ਅਧਿਕਾਰ ਹੀ ਨਹੀਂ ਹੈਗਾ ਕਿ ਉਹ ਕਿਸੇ ਚੀਜ਼ 'ਤੇ ਕੋਈ ਫੈਸਲਾ ਲੈ ਸਕਣ ਕਿਉਂਕਿ ਐਸ ਜੀ ਪੀ ਸੀ ਦਾ ਜਿਹੜਾ ਹਾਊਸ ਹੈ ਪਿਛਲੇ ਦਿਨਾਂ ਤੋਂ ਪਿਛਲੇ 2 ਸਾਲ ਤੋਂ ਹੀ ਲਗਭਗ ਬਿਲਕੁਲ ਉਹ ਭੰਗ ਹੋਣ ਵਾਲੀ ਸਿਚੁਏਸ਼ਨ 'ਚ ਆ ਉਹਨੂੰ ਮਾਨਤਾ ਹੀ ਨਹੀਂ ਦਿੱਤੀ। ਇਹਨਾਂ ਦਾ ਜਿਹੜੀ ਐਗਜੈਕਟਿਵ ਕਮੇਟੀ ਆ ਐਸ ਜੀ ਪੀ ਸੀ ਦੀ ਉਹਨੂੰ ਸਿਰਫ ਜਿਹੜੇ ਰੋਜ਼ਾਨਾ ਦੇ ਕੰਮ ਕਾਰ ਚਲਾਉਣ ਵਾਸਤੇ ਉਹਨਾਂ ਨੂੰ ਇਜਾਜ਼ਤ ਦਿੱਤੀ ਹੋਈ ਹੈ। ਇਹਨਾਂ ਨੂੰ ਐਸ ਜੀ ਪੀ ਸੀ ਦੇ ਪ੍ਰਧਾਨ ਸਾਹਿਬ ਨੂੰ ਅਤੇ ਸਮੁੱਚੀ ਇਹਨਾਂ ਦੀ ਐਗਜੈਕਟਿਵ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਪੰਥ ਦੇ ਪ੍ਰਤੀ ਤੁਹਾਨੂੰ ਕੋਈ ਰਾਈਟ ਨਹੀਂ ਹੈਗਾ ਇਸ ਵੇਲੇ। ਜੇ ਤੁਸੀਂ ਇਹ ਵੀ ਕਹਿੰਦੇ ਹੋ ਕਿ ਅਸੀਂ ਪੰਥ ਦੀ ਚੁਣੀ ਹੋਈ ਜਮਾਤ ਹੈ ਤੁਹਾਨੂੰ ਕੋਈ ਰਾਈਟ ਨਹੀਂ ਹੈਗਾ ਕਿਉਂਕਿ ਤੁਸੀਂ ਚੁਣੀ ਹੋਈ ਜਮਾਤ ਅੱਜ ਕੱਲ੍ਹ ਨਹੀਂ ਹੈਗੇ। ਜਦੋਂ ਵੋਟਾਂ ਪੈਣਗੀਆਂ ਉਹਦੇ ਬਾਅਦ ਫਿਰ ਦੇਖਿਆ ਜਾਊਗਾ। ਤੁਸੀਂ ਅੱਜ ਕੱਲ੍ਹ ਇਹ ਫੈਸਲੇ ਲੈਣ ਦੇ ਯੋਗ ਨਹੀਂ ਹੈਗੇ ਨਾ ਹੀ ਤੁਹਾਨੂੰ ਇਸ ਗੱਲ ਦਾ ਅਧਿਕਾਰ ਹੈ। ਦੂਸਰੀ ਗੱਲ ਸੰਤ ਸਮਾਜ ਦੇ ਵੱਡੇ ਹਿੱਸੇ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਗੁਰੂ ਬਾਬੇ ਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਲੈ ਕੇ ਸਮੁੱਚੇ ਖਾਲਸਾ ਪੰਥ ਨੂੰ ਜੋ 10 ਜਾਮਿਆਂ ਵਿੱਚ ਉਹਨਾਂ ਨੇ ਇੱਕ ਰਸਤਾ ਦਿਖਾਇਆ ਸੀ ਉਸ ਨੂੰ ਹੀ ਦੇਖ ਕੇ ਅੱਗੇ ਚੱਲਿਆ ਜਾਵੇ ਨਾ ਕਿ ਕਿਸੇ ਹੋਰ ਧਰਮ ਦੀ ਦੇ ਨਾਲ ਰਲਗੱਡ ਹੋ ਕੇ ਜਾਂ ਕਿਸੇ ਹੋਰ ਧਰਮ ਦੀ ਵਿਚਾਰਧਾਰਾ ਲੈ ਕੇ। ਅਸੀਂ ਸਭ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਖਾਲਸਾ ਪੰਥ ਦੀ ਜਾਂ ਗੁਰੂ ਨਾਨਕ ਸਾਹਿਬ ਦੇ ਜਿਹੜੇ ਸਿਧਾਂਤ ਸਾਡੇ ਲਈ ਸਭ ਤੋਂ ਨਜ਼ਦੀਕ ਹੈ ਔਰ ਸਾਡੇ ਲਈ ਸਭ ਤੋਂ ਪਹਿਲਾਂ ਅਸੀਂ ਇਸ ਸਿਧਾਂਤ ਨੂੰ ਛੱਡ ਕੇ ਅਸੀਂ ਕਿਸੇ ਹੋਰ ਸਿਧਾਂਤ ਨੂੰ ਅਡੋਪਟ ਨਹੀਂ ਕਰ ਸਕਦੇ। ਸੋ ਮੁੱਖ ਦੀ ਗੱਲ ਫਿਰ ਮੈਂ ਉੱਥੇ ਹੀ ਆਵਾਂ ਜੋ ਫੈਸਲਾ ਪਿਛਲੇ ਦਿਨਾਂ 'ਚ ਅਕਾਲ ਤਖ਼ਤ ਸਾਹਿਬ ਤੋਂ 5 ਜਥੇਦਾਰਾਂ ਨੇ ਇਹ ਕੀਤਾ ਇਸ ਨੂੰ ਅਸੀਂ ਬਿਲਕੁਲ ਮਤਲਬ ਮੰਨਦੇ ਨਹੀਂ ਅਸੀਂ ਇਸ ਨੂੰ ਰੱਦ ਕਰਦੇ ਹਾਂ ਔਰ ਸਮੁੱਚੇ ਹੀ ਖਾਲਸਾ ਪੰਥ ਨੂੰ ਇਹ ਅਪੀਲ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੀਆਂ ਘਟਨਾਵਾਂ ਨਾ ਘਟਣ ਸਰਬੱਤ ਖਾਲਸਾ ਜਾਂ ਅਜਿਹੀਆਂ ਸੰਸਥਾਵਾਂ ਜਿਹੜੀਆਂ ਕਿ ਪਿਛਲੇ ਸਮੇਂ ਤੋਂ ਇਹ ਆਪਣੇ ਤੌਰ 'ਤੇ ਆਪਣੇ ਵਾਸਤੇ ਹੀ ਮੌਜੂਦਾ ਅਕਾਲੀ ਲੀਡਰਸ਼ਿਪ ਅਤੇ ਮੌਜੂਦਾ ਸਾਡੀ ਜਿਹੜੀ ਧਾਰਮਿਕ ਲੀਡਰਸ਼ਿਪ ਹੈ ਇਹਨੂੰ ਵਰਤ ਰਹੇ ਹਾਂ। ਅਸੀਂ ਆਉਣ ਵਾਲੇ ਦਿਨਾਂ ਵਿੱਚ ਸਰਬੱਤ ਖਾਲਸਾ ਕਿਵੇਂ ਹੋਵੇ ਤੇ ਸਰਬੱਤ ਖਾਲਸੇ ਦੀ ਰੂਪ ਰੇਖਾ ਕੀ ਹੋਵੇ ਅਸੀਂ ਬਾਕੀ ਸਾਰੀਆਂ ਜਥੇਬੰਦੀਆਂ ਬਹੁਤੀਆਂ ਜਥੇਬੰਦੀਆਂ ਨਾਲ ਸਾਡਾ ਸੰਪਰਕ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਥੇਬੰਦੀਆਂ ਜਿੰਨੀਆਂ ਵੀ ਖਾਲਸਾ ਪੰਥ ਦੇ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਪ੍ਰਣਾਈਆਂ ਹੋਈਆਂ ਉਹਨਾਂ ਨਾਲ ਮਿਲ ਕੇ ਇਸ ਇਸ਼ੂ ਤੇ ਅੱਗੇ ਹੋ ਕੇ ਆਪਾਂ ਕੰਮ ਕਰੀਏ। ਅਸੀਂ ਕੋਸ਼ਿਸ਼ ਕਰਾਂਗੇ ਕਿ ਖਾਲਸਾ ਪੰਥ ਦਾ ਹਰ ਜਿਹੜਾ ਗੁਰੂ ਨਾਨਕ ਨਾਮ ਦੇਵਾ ਸਿੱਖ ਹੈ ਉਹ ਇਸ ਸਰਬੱਤ ਖਾਲਸੇ ਦੇ ਵਿੱਚ ਭਾਗ ਲੈ ਸਕੇ ਔਰ ਇਹਦੇ ਵਾਸਤੇ ਅਸੀਂ ਯਤਨ ਕਰਾਂਗੇ ਕੋਈ ਨਵਾਂ ਬੰਨ ਨੂੰ ਬੰਨਿਆ ਜਾ ਸਕੇ। ਜੀ ਤਾਂ ਵੀਰ ਜੀ ਤੁਸੀਂ ਥੋੜ੍ਹੀ ਬਹੁਤੀ ਸਾਨੂੰ ਜਾਣਕਾਰੀ ਦਿੱਤੀ ਹੈ ਸਰਬੱਤ ਖਾਲਸਾ ਦੇ ਬਾਰੇ ਕਿਵੇਂ ਬਣੇਗਾ ਤਾਂ ਥੋੜ੍ਹੀ ਬਹੁਤੀ ਹੋਰ ਵੀ ਜਾਣਕਾਰੀ ਦਿੱਤੀ ਹੈ ਪਰ ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ ਜਿਸ ਤਰ੍ਹਾਂ ਸਰਬੱਤ ਖਾਲਸਾ ਦੀ ਹਰ ਪਾਸੇ ਗੱਲ ਹੋ ਰਹੀ ਹੈ ਇਸ ਸੰਬੰਧੀ ਕਾਫੀ ਲੋਕਾਂ ਨੇ ਡਿਫਰੈਂਟ ਡਿਫਰੈਂਟ ਵਿਚਾਰ ਨੇ ਕਿਉਂਕਿ ਕਈ ਲੋਕ ਕਹਿੰਦੇ ਨੇ ਕਿ ਸ਼ਾਇਦ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਇਦ ਇਸ ਨੂੰ ਪਾਕਿਸਤਾਨ ਦੇ ਵਿੱਚ ਬਣਾਏਗੀ ਪਰ ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਅਗਰ ਸਰਬੱਤ ਖਾਲਸਾ ਕਮੇਟੀ ਇਹ ਬਣਦੀ ਹੈ ਬਣਦਾ ਹੈ ਤਾਂ ਐਂਡ ਇਸ ਦੇ ਨਾਲ ਕੀ ਕੀ ਡਿਫਰੈਂਸਿਸ ਹੋਣਗੇ ਲਾਈਕ ਵਟ ਇਜ਼ ਐਗਜ਼ੈਕਟਲੀ ਇਟ ਇਜ਼ ਕੀ ਢਾਂਚਾ ਹੋਏਗਾ ਕਿਸ ਤਰ੍ਹਾਂ ਡਿਫਰੈਂਸਿਸ ਇੰਨਾ ਹੋਣਗੇ ਡਿਸੀਜਨ ਦੇ ਵਿੱਚ। ਇਹਦੀ ਬਸ ਇੱਕ ਮਿਸਾਲ ਹੈ ਕਿ ਜਦੋਂ ਅਕਾਲ ਤਖ਼ਤ ਸਾਹਿਬ ਤੇ ਪੰਥ ਦੇ ਜਿਹੜੇ ਨਾਂ ਚਾਹੁਣ ਵਾਲੇ ਲੰਬਾ ਸਮਾਂ
ਜਦੋਂ ਖਾਲਸਾ ਪੰਥ ਸਟਰਗਲ ਵਿੱਚ ਰਿਹਾ, ਜੀ, ਜਿਸ ਤੇ ਕਿ ਅਕਾਲ ਤਖਤ ਸਾਹਿਬ ਤੇ ਜਿਹੜੀ ਸੇਵਾ ਸੰਭਾਲ ਸੀ ਉਹ ਖਾਲਸਾ ਪੰਥ ਕੋਲ ਨਹੀਂ ਸੀ, ਖਾਲਸਾ ਸਰਬੱਤ ਖਾਲਸੇ ਉਦੋਂ ਵੀ ਹੁੰਦੇ ਰਹੇ, ਉਦੋਂ ਜੰਗਲਾਂ ਚ ਹੁੰਦੇ ਸੀ। ਇਹ ਜ਼ਰੂਰੀ ਨਹੀਂ ਹੈ ਕਿ ਸਰਬੱਤ ਖਾਲਸਾ ਜਿਹੜਾ ਹੈਗਾ ਉੱਥੇ ਅਕਾਲ ਤਖਤ ਹੋਵੇ। ਹਾਂ, ਜੇ ਅਸਧਾਰਨ ਹਾਲਤਾਂ ਦੇ ਵਿੱਚ ਸਰਬੱਤ ਖਾਲਸਾ ਦਾ ਜਿਹੜਾ ਇਕੱਠ ਆ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਜਾ ਸਕਦਾ, ਪਰ ਕਿਉਂਕਿ ਅੱਜ ਕੱਲ੍ਹ ਜਿਹੜੇ ਹਾਲਾਤ ਹੈ ਉਹ ਬਿਲਕੁਲ ਡਿਫਰੈਂਟ ਆ। ਅਕਾਲ ਤਖ਼ਤ ਸਾਹਿਬ ਤੇ ਜਿਹੜਾ ਕਬਜ਼ਾ, ਮੈਂ ਕਹੂੰਗਾ ਕਬਜ਼ਾ ਜਿਹੜਾ, ਉਹ ਪੰਥ ਦੀਆਂ ਜਿਹੜੀਆਂ ਵਿਰੋਧੀ ਤਾਕਤਾਂ ਹੈਗੀਆਂ ਉਹਨਾਂ ਦਾ, ਤੇ ਇਹਦੇ ਵਾਸਤੇ ਇਸ ਕਬਜ਼ੇ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਿਵੇਂ ਮੁਕਤ ਕਰਾਉਣਾ, ਔਰ ਤਦ ਤੱਕ ਜਿੰਨੀ ਦੇਰ ਤੱਕ ਇਹਦਾ ਜਿਹੜਾ ਸਿਧਾਂਤ ਹੈ ਉਹ ਪੂਰੀ ਤਰ੍ਹਾਂ ਕਬਜ਼ੇ ਤੋਂ ਮੁਕਤ ਨਹੀਂ ਹੋ ਜਾਂਦਾ, ਤਦ ਤੱਕ ਮੈਂ ਸਮਝਦਾ ਅਸੀਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਯਤਨ ਕਰਾਂਗੇ ਕਿ ਬਜਾਏ ਇਸ ਦੇ ਸ੍ਰੀ ਅੰਮ੍ਰਿਤਸਰ ਸਾਹਿਬ ਅਕਾਲ ਤਖ਼ਤ ਸਾਹਿਬ ਤੇ ਜਿਹੜਾ ਸਕਾਲ ਅਕਾਲ ਆਪਣਾ ਸਰਬੱਤ ਖਾਲਸਾ ਕਿਤੇ ਹੋਰ ਵੀ ਬੁਲਾਇਆ ਜਾ ਸਕਦਾ। ਔਰ ਜਿੱਥੇ ਰਹੀ ਪਾਕਿਸਤਾਨ ਦੀ ਗੱਲ, ਪਾਕਿਸਤਾਨ 'ਚ, ਅਮਰੀਕਾ ਜਾਂ ਕਿਤੇ ਵੀ ਜਾਂ ਕਿਸੇ ਹੋਰ ਦੇਸ਼ 'ਚ ਵੀ ਜਿੱਥੇ ਸਿੱਖਾਂ ਦਾ ਵੱਧ ਤੋਂ ਵੱਧ ਜਿਹੜਾ ਨੁਮਾਇੰਦਾ ਜਮਾਤ ਹੈਗੀ ਆ ਪਹੁੰਚ ਸਕੇ, ਉੱਥੇ ਇਹ ਇਕੱਠ ਜਿਹੜੇ ਇਹ ਬੁਲਾਏ ਜਾ ਸਕਦੇ ਆ। ਨਾਲ ਦੀ ਨਾਲ ਹੀ ਅਸੀਂ ਮੌਜੂਦਾ ਸਮੇਂ ਵਿੱਚ ਕੈਲੰਡਰ ਦੇ ਉੱਪਰ ਤੇ ਇਹਨਾਂ ਹਾਲਾਤਾਂ ਦੇ ਉੱਪਰ, ਖਾਲਸਾ ਪੰਥ ਦੇ ਜਿਹੜੇ ਮੌਜੂਦਾ ਹਾਲਾਤ ਹੈ, ਜੋ ਇਹਨਾਂ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਟੈਂਡ ਆ, ਅਸੀਂ ਉਸਦੀ ਵੀ ਸ਼ਲਾਘਾ ਕਰਦੇ ਹਾਂ, ਅਤੇ ਖਾਸ ਤੌਰ ਤੇ SGPC ਦੇ ਵਿੱਚ ਵੀ ਵਿੱਚੋਂ ਹੀ ਜਿਹੜੇ ਖਾਸ ਕਰਕੇ ਸੁਖਦੇਵ ਸਿੰਘ ਪੌਰ, ਜਹਦਾ ਸੁਖਦੇਵ ਸਿੰਘ ਪੌਰ, ਕਰਨੈਲ ਸਿੰਘ ਪੰਜੋਲੀ ਅਤੇ ਬੀਬੀ ਕਿਰਨਜੀਤ ਜੋਤ ਕੌਰ, ਜਿਹੜਾ ਉਹਨਾਂ ਦਾ ਸਟੈਂਡ ਆ, ਅਸੀਂ ਉਸਦੀ ਪੁਰ ਜ਼ੋਰ ਸ਼ਲਾਘਾ ਕਰਦੇ ਹਾਂ। ਔਰ ਸਾਰੇ ਹੀ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਆ, ਜਿਤਨੇ ਵੀ ਕਿਤੇ ਨਾ ਕਿਤੇ ਥੋੜਾ ਬਹੁਤਾ ਵੀ ਕੋਈ ਅਧਿਕਾਰ ਰੱਖਦੇ ਆ, ਅਸੀਂ ਉਹਨਾਂ ਨੂੰ ਵੀ ਬੜੀ ਪੁਰਜ਼ੋਰ ਬੇਨਤੀ ਕਰਾਂਗੇ ਕਿ ਤੁਸੀਂ ਖਾਲਸਾ ਪੰਥ ਦੀ ਰੂਹ ਦੀ ਖੁਰਾਕ ਨੂੰ ਪਛਾਣਦੇ ਹੋਏ, ਗੁਰੂ ਬਾਬੇ ਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ, ਜਿਹੜੀ ਮੌਜੂਦਾ ਲੀਡਰਸ਼ਿਪ ਆ ਜਿਹੜੀ ਸਾਨੂੰ ਗਲਤ ਫੈਸਲੇ ਕਰਨ ਨੂੰ ਕਹਿ ਰਹੀ ਆ, ਇਸ ਨੂੰ ਮੁੱਢੋਂ ਨਕਾਰਿਆ ਜਾਵੇ, ਅਤੇ ਖਾਲਸਾ ਪੰਥ ਦੀ ਜਿਹੜੀ ਵਿਚਾਰਧਾਰਾ ਆ ਉਸਦੀ ਰੂਹ ਦੇ ਮੁਤਾਬਕ ਨਵੀਂ ਸਿਰਜਣਾ ਜਿਹੜੀ ਆ ਉਹਦੇ ਕਰਨ ਵਾਸਤੇ ਨਵੇਂ ਬੰਨ ਨੂੰ ਬੰਨੇ ਜਾਣ। ਜੀ ਬਿਲਕੁਲ ਬਿਲਕੁਲ। ਤੇ ਵੀਰ ਜੀ, ਸਾਡੇ ਕੋਲ ਐਦਾਂ ਇੱਕ ਅੱਧਾ ਮਿੰਟ ਰਹਿ ਗਿਆ, ਮੈਂ ਤੁਹਾਡੇ ਕੋਲ ਜਾਣਨਾ ਚਾਹਾਂਗੀ, ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਵਿੱਚ ਸਰਬੱਤ ਖਾਲਸਾ ਦੀ ਵੀ ਗੱਲ ਹੋ ਰਹੀ ਸੀ, ਪਰ ਇੱਕ ਹੋਰ ਖਬਰ ਸਾਹਮਣੇ ਆ ਰਹੀ ਕਿ ਜਿਸ ਤਰ੍ਹਾਂ ਅਕਾਲ ਤਖ਼ਤ ਸਾਹਿਬ ਜਿਹੜੇ ਜਥੇਦਾਰ ਨੇ ਉਹਨਾਂ ਨੂੰ ਜਗਤਾਰ ਸਿੰਘ ਹਵਾਰਾ ਨੂੰ ਬਣਾਇਆ ਜਾਵੇਗਾ ਆਉਣ ਵਾਲੇ ਸਮੇਂ ਦੇ ਵਿੱਚ, ਇਸ ਦੇ ਵਿੱਚ ਕਿੰਨੀ ਕੁ ਸੱਚਾਈ ਹੈ? ਦੇਖੋ, ਇਹਦੇ ਵਿੱਚ ਜਦੋਂ ਵੀ ਇੱਕ ਜਿਨ੍ਹਾਂ ਨੇ ਵੀ ਵੀਰਾਂ ਨੇ ਸੁਝਾਅ ਦਿੱਤਾ, ਉਹ ਸੁਝਾਅ ਸਿਰ ਮੱਥੇ ਤੇ ਆ, ਪਰ ਇਹਦੇ ਵਾਸਤੇ ਕੋਈ ਵੀ ਇੱਕ ਸੋਚ ਜਾਂ ਦੋ ਸੋਚ ਮੈਂ ਨਹੀਂ ਚਾਹੁੰਦਾ ਅਸੀਂ ਇਸ ਤਰ੍ਹਾਂ, ਹਾਲਾਂਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਸੇਵਾ ਆ ਸਾਡੇ ਸਿਰ ਮੱਥੇ ਤੇ ਆ, ਪਰ ਇੱਦਾਂ ਦੇ ਜਿਹੜੇ ਵੀ ਫੈਸਲੇ ਆ ਉਹ ਕੰਸੈਂਸਸ ਨਾਲ ਹੋਣੇ ਚਾਹੀਦੇ ਆ। ਸਾਰੇ ਖਾਲਸਾ ਪੰਥ ਦਾ ਜਿਹੜਾ ਮਤਲਬ ਨੁਮਾਇੰਦਾ ਜਮਾਤ ਆ ਉਹ ਜੁੜ ਕੇ ਬੈਠੇ, ਔਰ ਜਿਹੜਾ ਵੀ ਉਹ ਫੈਸਲਾ ਕਰ ਦੇਣਗੇ ਉਹ ਸਾਨੂੰ ਮਨਜ਼ੂਰ ਹੋਵੇਗਾ। ਅਗਰ ਅਸੀਂ ਸਵਾਗਤ ਕਰਦੇ ਹਾਂ ਜੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਇਹਦਾ ਜਥੇਦਾਰ ਬਣਾਇਆ ਜਾਵੇ, ਪਰ ਕਿਉਂਕਿ ਉਹ ਅੱਜ ਕੱਲ੍ਹ ਜੇਲ੍ਹ ਦੇ ਵਿੱਚ ਨੇ ਤੇ ਹੋ ਸਕਦਾ ਉਹ ਜਿਹੜੀਆਂ ਡੇ ਟੂ ਡੇ ਜਿਹੜੀ ਫੰਕਸ਼ਨਿੰਗ ਹੈਗੀ ਆ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਹਨੂੰ ਮਤਲਬ ਪੂਰਾ ਨਾ ਕਰ ਸਕਣ, ਪਰ ਫਿਰ ਵੀ ਜਿਹਨਾਂ ਵੀਰਾਂ ਦਾ ਵੀ ਸੁਝਾਅ ਆ ਸਾਡੇ ਸਿਰ ਮੱਥੇ ਤੇ, ਔਰ ਅਸੀਂ ਇਸ ਦੀ ਹਮਾਇਤ ਵੀ ਕਰਦੇ ਹਾਂ, ਪਰ ਜਿਹੜੀ ਚੋਣ ਆ ਇਹ ਜਿਹੜੀਆਂ ਸਾਡੀਆਂ ਪੁਰਾਤਨ ਪਰੰਪਰਾਵਾਂ ਆ ਕੰਸੈਂਸਸ ਨਾਲ ਹੀ ਹੋਣੀ ਚਾਹੀਦੀ ਆ। ਜੀ ਜੀ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਇਸ ਮੁੱਦੇ ਦੇ ਉੱਪਰ ਆਪਣੇ ਵਿਚਾਰ ਪੂਰੇ ਵੇਰਵੇ ਦੇ ਨਾਲ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।